ਰੱਖੀ ਸੀ, ਲੇਕਿਨ ਉਹਨਾਂ ਦਾ ਇਹ ਮੁਹੱਬਤ ਨੇ ਮੈਨੂੰ ਇੱਥੇ ਲੈਣ ਦਾ। ਅਤੇ ਆਲੇ ਮੁਹੰਮਦ ਦਾ ਇਹ ਬੜੀ ਕਰਮ ਨਿਵਾਜ਼ੀ ਹੈ ਕਿ ਉਹਨਾਂ ਮੈਨੂੰ ਪਾਕ ਮੈਂਬਰ 'ਤੇ ਲੈਣ ਦਾ। ਅਤੇ ਮੈਂ ਜਨਾਬ ਨੂੰ, ਕਿਉਂਕਿ ਹਰ ਵਕਤ ਜਿਹੜਾ ਵੀ ਬੰਦਾ ਮੈਂਬਰ 'ਤੇ ਆਉਂਦਾ ਹੈ, ਦੁਆਏ ਇਮਾਮੇ ਜ਼ਮਾਨਾ, ਦੁਆਏ ਇਮਾਮੇ ਜ਼ਮਾਨਾ, ਮੇਰਾ ਦਿਲ ਚਾਹੁੰਦਾ ਕਿ ਮੈਂ ਤੁਹਾਨੂੰ ਦੁਆਏ ਇਮਾਮੇ ਜ਼ਮਾਨਾ ਅੱਜ ਇੱਕ ਕਸੀਦੇ ਦੀ ਸ਼ਕਲ ਦੇ ਵਿੱਚ ਸੁਣਾ ਦਿਆਂ। ਮੈਂ ਜਨਾਬ ਨੂੰ ਵਾਸਤੇ ਦੁਆ ਕਰਨ ਵਾਸਤੇ, ਦੁਆਏ ਕਿ ਖਾਲਕ ਕਾਇਨਾਤ ਉਸ ਬੀਬੀ ਦਾ ਸਦਕਾ ਜਿਹਨੇ ਆਪਣੇ ਵੀਰਾਂ ਦੀ ਨਗਰੀ ਛੱਡੀ, 39,636 ਮੀਲ ਦਾ ਸਫ਼ਰ ਕੀਤਾ, 6 ਪੁੱਤਰ ਸਨ, 2 ਮੈਦਾਨ ਕਰਬਲਾ ਦੇ ਵਿੱਚ ਵੀਰ ਤੋਂ ਸਦਕਾ ਦੇ ਦਿੱਤੇ, 2 ਕੂਫੇ 'ਚ ਘੁਸ ਗਏ, ਅਤੇ ਦੂ ਨੂੰ ਬੀਬੀ ਨੇ ਇੰਜ ਦਾ ਤਲਾਸ਼ ਕੀਤਾ, ਤਲਾਸ਼ ਕਰਦੀ ਲਾਹੌਰ ਚਾ ਦੁਆ ਕੇ ਖਲਕੇ ਕਾਇਨਾਤ ਤੁਸੀਂ ਆਪਣੇ ਜਿਹੜੇ ਮਨ ਦੇ ਵਿੱਚ ਨੇਕ ਖੁਆਇਸ਼ਾਤ ਲੈ ਕੇ ਆਏ ਹੋ, ਆਪਣੀ ਔਲਾਦ ਦੇ ਮੁਤਾਬਕ, ਆਪਣੀ ਧੀਆਂ ਦੇ ਮੁਤਲਕ, ਕਿਸੇ ਵੀ ਅਜ਼ੀਜ਼ ਦੇ ਮੁਤਲਕ, ਔਰ ਜਿੰਨੇ ਵੀ ਮੋਮਿਨਾਤ ਬੇਮਾਰ ਨੇ, ਉਹ ਪਾਕ ਬੀਬੀ ਪੈਦਲ ਚੱਲਣ ਦਾ ਸਦਕਾ ਜਿਹਦੀ ਜੁੜੀ ਅੱਜ ਤੱਕ ਨਹੀਂ ਮਿਲੀ, ਉਹ ਸਦਕਾ ਮੌਲਾ ਉਹਨਾਂ ਨੂੰ ਸਿਹਤ ਮੌਲਾ ਤਾ ਫਰਮਾਏ। ਔਰ ਬਿਲਖਸੂਸ ਜਿਹਨਾਂ ਦੇ ਵਾਸਤੇ ਕਹਿ ਰਹੇ, ਉਹ ਜ਼ਿੰਦਾਨ ਦੇ ਵਿੱਚ ਇੱਟਾਂ ਦੇ ਸਰਾਣੇ ਬਣਾ ਕੇ ਕੰਮਦੀ ਰਹੀ, ਉਹਦੇ ਨਾਲ 9 ਸਾਲਾਂ ਦੀ ਮਾਸੂਮ ਸੀ ਜਿਹਦੇ ਕੰਨਾਂ 'ਚੋਂ ਵੀ ਤਾਜ਼ਾ ਖੂਨ ਜਾਰੀ ਹੈ। ਮਾਸੂਮਾਂ ਦਾ ਸਦਕਾ ਜਿਹੜੀ 4 ਸਾਲਾਂ 'ਚ ਪੂਰੀ ਹੋ ਗਈ ਸੀ, ਕਾਮਲਾ ਤਾਫਰ ਔਰ ਬੱਚਿਆਂ ਦਾ ਉੱਤੇ ਸਾਇਆ ਕਾਇਮ ਅਤੇ ਦਾਇਮ। ਇੱਕ ਦਫ਼ਾ ਲਹਿਰਾਵੇ ਮਲਵਾਣਾ
شم مولا عباس جریدا گر گر تے لہراوے ملوانا جل جا جاوے سلوات جدوں امام زمانہ علیہ السلام وجل فرج آل محمد دا ظہور ہونا ہے ان دی نشانیاں کیڑیاں نے سانوں پتہ لگنا ہے کہ مولا دا ظہور ہو گیا ہے قبلہ صرف میرے تفسر جس وقت امام دا ظہور ہونا ہے اس وقت نشانیاں کیڑیاں ہونی ہیں دین دا وارث کل تے گفتار علی دی ہو دین دا وارث کل تے گفتار علی دی چھا ویسی دشمن دے سر تے چھا ویسی دشمن دے سر تے بن للکار علی دی کن تلوار علی دی سمجھ کے ان کو فاتح خیبر ہر خیبر کمب جاوے دشمن تھا مر جاوے بس افسوس ہے یہ کہ اس امت نے پہچان نہیں کی میں واسطہ نہیں کیونکہ اگر مینوں بلایا گیا تو میں صرف ایدے وچ ہی مصائب اے اے میں جناب نوں صلاح کے طالب دعا ہوں امت بھل گئی ہے شام وچ ہل پئی ہے امت بھل گئی ہے شام وچ ہل شیعہ درد بلا نہیں سنگ دے شیعہ درد بلا نہیں سنگ دے شام شہر وچ آگے زینب رل گئی ہے بے شک پتھر وساؤ سیداں کو پر جاؤ